ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਰਵਾਵ TV ਦੇ ਉੱਤੇ ਸੋ ਤੁਹਾਡੇ ਨਾਲ ਜਿਹੜੀ ਭਗਵੰਤ ਮਾਨ ਵੱਲੋਂ ਨਵੀਂ ਅਪਡੇਟ ਦਿੱਤੀ ਗਈ ਹੈ ਉਸ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸੋ ਜੇਕਰ ਸਾਡੇ ਚੈਨਲ ਦੇ ਉੱਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਮਿਲ ਸਕੇ ਸਾਰਾ ਇੱਕ ਅਪਡੇਟ ਮਿਲ ਸਕੇ ਸਭ ਤੋਂ ਪਹਿਲਾਂ ਸੋ ਭਗਵੰਤ ਮਾਨ ਜੀ ਨੇ ਨੋਟਿਸ ਜਾਰੀ ਕੀਤਾ ਹੈ ਕਿ ਖੁੱਲੇ ਬੋਰਵੈਲ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ ਇਹਦੇ ਲਈ ਆਮ ਲੋਕ ਵੀ ਰਹਿਣ ਸਾਵਧਾਨ ਸੋ ਕੀ ਲਿਖਿਆ ਹੈ ਉਸ ਨੋਟਿਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰਿਆ ਹੈ ਜਿਦੇ ਵਿੱਚ ਇੱਕ 5-6 ਸਾਲ ਦੇ ਬੱਚੇ ਦੀ ਜਿਹੜੀ ਮੌਤ ਹੋ ਗਈ ਸੀ ਬੂਰਵੈਲ ਦੇ ਵਿੱਚ ਡਿੱਗ ਜਾਣ ਦੇ ਨਾਲ ਇਸ ਤਰ੍ਹਾਂ ਦਾ ਹਾਦਸਾ ਪਿਛਲੇ ਸਾਲਾਂ ਦੇ ਵਿੱਚ ਵੀ ਵਾਪਰਦੇ ਆ ਰਹੇ ਨੇ ਜਿਵੇਂ ਕਿ ਫਤੇ ਵੀਰ ਦੀ ਵੀ ਮੌਤ ਹੋਈ ਸੀ ਇੱਕ ਬੂਰਵੈਲ ਦੇ ਵਿੱਚ ਡਿੱਗਣ ਕਰਕੇ ਉਸ ਵਾਸਤੇ ਸਰਕਾਰ ਨੇ ਸਖਤ ਫੈਸਲਾ ਲਿਆ ਹੈ ਕਿ ਜਿਨ੍ਹਾਂ ਦੇ ਵੀ ਖੇਤਾਂ ਦੇ ਵਿੱਚ ਬੂਰਵੈਲਾਂ ਦੇ ਮੂੰਹ ਲੇ ਹਨ ਬੋਰਵੈਲ ਨਹੀਂ ਭਰੇ ਹਨ ਉਨ੍ਹਾਂ ਤੇ ਇੱਕ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਜੇਕਰ ਤੁਹਾਡੀ ਨਿਗਾਹ ਦੇ ਵਿੱਚ ਵੀ ਕਿਤੇ ਕੋਈ ਬੋਰਵੈਲ ਇਸ ਤਰ੍ਹਾਂ ਖੁੱਲਾ ਪਿਆ ਹੈ ਤਾਂ ਤੁਸੀਂ ਉਸ ਬੋਰਵੈਲ ਦੇ ਮਾਲਕ ਨੂੰ ਦੱਸ ਸਕਦੇ ਹੋ ਕਿ ਆਪਣੇ ਬੋਰਵੈਲ ਨੂੰ ਭਰ ਦੇਵੇ ਨਹੀਂ ਤਾਂ ਸਰਕਾਰ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸਰਕਾਰ ਵੱਲੋਂ ਬਿਆਨ ਦਿੱਤੇ ਗਏ ਨੇ ਕਿ ਇਸ ਤਰ੍ਹਾਂ ਦਾ ਹਾਦਸਾ ਅੱਗੇ ਨਾ ਵਾਪਰੇ ਇਸ ਕਰਕੇ ਸਾਰਿਆਂ ਨੂੰ ਸਰਕਾਰ ਨੇ ਹਦਾਇਤ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਦੇ ਵੀ ਬੋਰਵੈਲ ਇਸ ਤਰ੍ਹਾਂ ਖੁੱਲੇ ਪਏ ਨੇ ਜਿਨ੍ਹਾਂ ਦੇ ਨਾਲ ਪਾਣੀ ਧਰਤੀ ਦਾ ਪਾਣੀ ਵੀ ਖਰਾਬ ਹੁੰਦਾ ਹੈ ਕਿ ਉਸ ਬੂਰਵਲ ਦੇ ਰਾਹੀਂ ਧਰਤੀ ਦੇ ਵਿੱਚ ਜੋ ਪਾਣੀ ਜਾਂਦਾ ਏ ਉਹ ਉਸ ਦੇ ਵਿੱਚ ਪਾਣੀ ਵੀ ਖਰਾਬ ਹੁੰਦਾ ਏ ਇਸ ਕਰਕੇ ਆਪਣੇ ਬੂਰਵਲਾਂ ਨੂੰ ਬੰਦ ਕਰ ਦੇਣਾ ਨਹੀਂ ਤਾਂ ਸਖਤ ਕਾਰਵਾਈ ਹੋਵੇਗੀ ਸੋ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ